ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀਆਂ ਨਿਊ ਵੈਕੈਂਸੀਸ ਪੈਸਕੋ ਦੇ ਵਿੱਚ ਆਊਟ ਹੋਈਆਂ ਨੇ ਉਹਨਾਂ ਦੇ ਬਾਰੇ ਸੋ ਜੇਕਰ ਤੁਸੀਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਹੈ ਤੇ ਪ੍ਰਾਈਵੇਟ ਜਿਹਨੀਆਂ ਵੀ ਵੈਕੈਂਸੀਸ ਆਊਟ ਹੁੰਦੀਆਂ ਨੇ ਜਾਂ ਫਿਰ ਜਿਹਨੀਆਂ ਵੀ ਗਵਰਨਮੈਂਟ ਵੈਕੈਂਸੀਸ ਆਊਟ ਹੁੰਦੀਆਂ ਨੇ ਪੰਜਾਬ ਦੇ ਵਿੱਚ ਜੇਕਰ ਉਹਨਾਂ ਦੀ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨਾਲ ਹੀ ਨਾਲ ਸਾਡੇ Instagram ਐਂਡ Telegram ਚੈਨਲ ਦੇ ਨਾਲ ਵੀ ਜੁੜ ਸਕਦੇ ਹੋ ਸੋ that ਹਰ ਇੱਕ ਜਿਹੜੀ ਵੀ ਅਪਡੇਟ ਹੈ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਕੱਲ ਕਰ ਲੈਂਦੇ ਆ ਜੀ ਵੈਕੈਂਸੀਸ ਜੀ ਜੋ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਵੱਲੋਂ ਆਊਟ ਕੀਤੀਆਂ ਗਈਆਂ ਨੇ ਇਹਦੇ ਵਿੱਚ ਰੈਗੂਲਰ ਔਰ ਕੰਟਰੈਕਚੁਅਲ ਬੇਸਿਸ ਤੇ ਕੁਝ ਇੱਕ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਸੋ ਤੁਸੀਂ ਅਪਾਇੰਟਮੈਂਟਸ ਦੇਖ ਸਕਦੇ ਹੋ ਐਫਐਸ ਇੱਕ ਪੋਸਟ ਸੁਪਰਡੈਂਟ ਇੱਕ ਪੀਏ1 ਅਸਿਸਟੈਂਟ ਦੀ ਇੱਕ ਚਾਰ ਪੋਸਟਾਂ ਨੇ ਰੈਗੂਲਰ ਪੋਸਟਾਂ ਨੇ ਤੇ ਇਹਨਾਂ ਦੇ ਬਾਰੇ ਵਿੱਚ ਜੇਕਰ ਬਾਤ ਨੂੰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ www.xservicemancorp.punjab.gov.in ਤੇ ਲੌਗਇਨ ਕਰ ਸਕਦੇ ਹੋ ਵੈਸੇ ਮੈਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੀ ਐਂਡ ਕੰਟਰੈਕਚੁਅਲ ਬੇਸਿਸ ਤੇ ਕੁਝ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਬਠਿੰਡਾ ਮਾਨਸਾ ਬਰਨਾਲਾ ਤੇ ਚੰਡੀਗੜ੍ਹ ਦੇ ਵਿੱਚ ਦੀ ਸੈਲਰੀ ਜਿਹੜੀ 65351 ਦੱਸੀ ਗਈ ਹੈ ਉਸ ਤੋਂ ਇਲਾਵਾ ਸੀਐਸਓ ਐਟ ਜੀਜੀਐਸਟੀਪੀ ਰੋਪੜ ਦੇ ਵਿੱਚ ਠੀਕ ਆ ਐਸੀਐਸਓ ਓਆਈਸੀ ਤੇ ਕ੍ਰਾਈਟੇਰੀਆ ਵੀ ਇਨਾਂ ਨੇ ਦੱਸਿਆ ਹੋਇਆ ਏ ਜਿਹੜੀ OIC ਦੀ ਪੋਸਟ ਹੈ ਉਹਦੇ ਲਈ ਇਨਾਂ ਨੇ ਸੈਲਰੀ ਵੀ ਦੱਸੀ ਹੋਈ ਆ 62824 ਰੁਪਏ ਇਹ ਸੈਲਰੀ ਰਹੇਗੀ ਕ੍ਰਾਈਟੇਰੀਆ ਰੈਗੂਲਰ ਤੇ ਕੰਟਰੈਕਚੁਅਲ ਪੋਸਟ ਵਾਸਤੇ ਇਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ 53 ইয়ার্স ਆਫ এজ ਹੋਣੀ ਚਾਹੀਦੀ ਹੈ ਕਿ ਜੀ ਵਰਕਿੰਗ ਨੋਲੇਜ ਹੋਣੀ ਚਾਹੀਦੀ ਹੈ ਪੰਜਾਬੀ ਦੀ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਅਸਿਸਟੈਂਟ ਕਲਰਕ ਵਾਸਤੇ ਅਸਿਸਟੈਂਟ ਵਾਸਤੇ ਇਨਾਂ ਨੇ ਕਿਹਾ ਹੋਇਆ ਹੈ ਕਿ ਰਿਟਾਇਰਡ JCO ਹੋਵੇ ਆਰਮੀ 에য়ার ফোর্স ਨੇਵੀਆ ਕਲੈਰੀਕਲ ਟ੍ਰੇਡ ਦੇ ਵਿੱਚ ਘੱਟੋ ਘੱਟ 20 ਸਾਲ ਦਾ ਤਜਰਬਾ ਹੋਵੇ ਤੇ ਪੰਜਾਬ ਦਾ ਵਸਨੀਕ ਹੋਵੇ ਸੈਲਰੀ ਜਿਹੜੀ ਹੈ 32843 ਰੁਪਏ ਰਹੇਗੀ ਕਲਰਕ ਜੇਕਰ ਲਗਣਾ ਚਾਹੁੰਦੇ ਹੋ ਤਾਂ ਐਨਸੀਓ ਦੇ ਵਿੱਚ ਰਿਟਾਇਰ ਹੋਇਆ ਹੋਵੇ ਆਰਮੀ 에ਅਰ ਫੋਰਸ ਨੇਵੀ ਕਲਰਕਲ ਟ੍ਰੇਡ ਦੇ ਵਿੱਚ ਘੱਟੋ ਘੱਟ 15 ਸਾਲ ਦਾ ਤਜਰਬਾ ਹੋਵੇ ਨਾਲ ਹੀ ਨਾਲ ਸੈਲਰੀ ਜਿਹੜੀ ਹੈ 30155 ਰਹੇਗੀ ਏਜ 25 53 ਸਾਲ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਟਾਈਪਿੰਗ ਸਪੀਡ 30 ਵਰਡ ਪਰ ਮਿੰਟ ਪੰਜਾਬੀ ਦੀ ਲੈਂਗੁਏਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ MS Office Excel PowerPoint ਦੀ ਨੌਲੇਜ ਹੋਣੀ ਚਾਹੀਦੀ ਹੈ ਜੇ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ pesco34cht@yahoo.com ਤੇ ਆਪਣੇ ਜਿੰਨੇ ਵੀ ਫੋਟੋਗ੍ਰਾਫਸ ਨੇ ਜਾਂ ਫੇ ਆਪਣਾ ਰਿਕਾਰਡ ਵਗੈਰਾ ਨੂੰ ਮੇਲ ਕਰ ਸਕਦੇ ਹੋ ਐਂਡ ਜਿਹੜੀ ਨੈਕਸਟ ਪੋਸਟ ਹੈ ਅਸਿਸਟੈਂਟ ਜਨਰਲ ਦੀ 17400 ਬੀ ਠੀਕ ਹੈ ਜੀ ਸੋ ਇਹ ਪੇਸ ਕਿ ਲੈਨੇ ਮੈਂਸ਼ਨ ਕੀਤਾ ਹੋਇਆ ਹੈ ਕਲਰਕ ਦੀ ਪੋਸਟ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ 9880 13500 ਰੁਪਏ ਸੈਲਰੀ ਮੈਂਸ਼ਨ ਕੀਤੀ ਹੋਈ ਹੈ ਐਂਡ ਇਹਨਾਂ ਨੇ ਕੀ ਕੀ ਕੁਆਲੀਫਿਕੇਸ਼ਨ ਕਰਾਈਟੇਰੀਆ ਰੱਖਿਆ ਹੋਇਆ ਹੈ ਉਹ ਵੀ ਦੇਖ ਲੈਂਦੇ ਆ ਸੋ ਕਹ ਰਿਹਾ ਐਕਸ ਜੂਨੀਅਰ ਕਮਿਸ਼ਨਡ ਆਫੀਸਰ 15 ਸਾਲ ਦੀ ਸਰਵਿਸ ਕੀਤੀ ਹੋਵੇ ਠੀਕ ਹੈ ਗ੍ਰੈਜੂਏਸ਼ਨ ਕੀਤੀ ਹੋਵੇ ਕੰਪਿਊਟਰ ਐਂਡ ਪੰਜਾਬੀ ਦੇ ਵਿੱਚ 30 ਵਰਡ ਪਰ ਮਿੰਟ ਦੀ ਸਪੀਡ ਹੋਵੇ ਇੱਕ ਕਈਅਰ ਟੇਕਰ ਵੀ ਚਾਹੀਦਾ ਹੈ ਜਿਹਦੀ ਸੈਲਰੀ 9880 ਰੁਪਏ ਰਹੇਗੀ ਸਟੈਨੋ ਟਾਈਪਿਸਟ ਚਾਹੀਦੇ ਨੇ ਠੀਕ ਹੈ ਜੀ 13500 9800 ਜਨਾਂ ਦੀ ਸੈਲਰੀ ਰਹੇਗੀ 5 ਸਾਲ ਦਾ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਹੋਇਆ ਹੈ ਇਸ ਤੋਂ ਇਲਾਵਾ ਬਾਕੀ ਪੋਸਟਾਂ ਨੇ ਜਿਵੇਂ ਕਿ ਡਰਾਈਵਰ ਦੀ ਪੋਸਟ ਦੀ ਸੈਲਰੀ ਨੇ ਮੈਂਸ਼ਨ ਕੀਤੀ ਹੋਈ ਹੈ ਜੇ ਕੋ ਡਰਾਈਵਿੰਗ ਲਾਇਸੈਂਸ ਹੋਵੇ ਸਟਾਫ卡 ਡਰਾਈਵਿੰਗ ਦਾ ਐਕਸਪੀਰੀਅੰਸ ਹੋਵੇ ਪੀਐਨ 6950 ਸੈਲਰੀ ਤੇ ਰੱਖੇ ਜਾਣਗੇ 10 ਸਾਲ ਦੀ ਸਰਵਿਸ ਹੋਵੇ ਚੌਂਕੀਦਾਰ 6950 ਰੁਪਏ ਤੇ ਰੱਖੀ ਜਾਣਗੇ ਸੋਚੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਸਕਦੇ ਹੋ ਐਂਡ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ